ਸ਼ਤਾਬਦੀ ਸਮਾਰੋਹ ਜਿਹੜਾ ਸੀ ਇਹ 5 ਸਾਲ ਜਦੋਂ ਗੌਰਮੈਂਟ ਬਣੀ ਉਦੋਂ ਦਾ ਇਹਨਾਂ ਨੂੰ ਪਤਾ ਸੀ ਵੀ 2019 ਦੇ ਵਿੱਚ 100 ਸਾਲ ਪੂਰੇ ਹੋਣੇ ਆ ਔਰ ਸ਼ਹੀਦਾਂ ਨੂੰ ਯਾਦ ਕਰਨਾ ਆ। ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸ਼ਹੀਦ ਹੋਏ ਇੱਥੇ ਇਸ ਇਲਾਕੇ ਦੇ ਲੋਕ ਜਿਹੜੇ ਉਸ ਸਮੇਂ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ, ਜਨਰਲ ਡਾਇਰ ਨੇ ਜਿਹੜੇ ਮਤਲਬ ਹਜ਼ਾਰਾਂ ਦੇ ਕਰੀਬ ਸਾਡੇ ਲੋਕ ਜਿਹੜੇ ਸ਼ਹੀਦ ਕਰ ਦਿੱਤੇ ਆ, ਇਹ ਸਰਕਾਰ ਨੇ ਕੀ ਦਿੱਤਾ ਇਸ ਸ਼ਹਿਰ ਨੂੰ? ਸਿਰਫ ਇੱਕ ਆ ਕੇ ਸ਼ਰਧਾਂਜਲੀ ਉੱਥੇ ਸਮਾਰੋਹ 'ਚ ਸ਼ਾਮਿਲ ਹੋ ਜਾਣ ਦੇ ਨਾਲ ਕਿ ਇਹ ਮਤਲਬ ਕੰਪਲੀਟ ਹੋ ਜਾਂਦਾ, ਜਿਹੜੀ ਸ਼ਤਾਬਦੀ ਮਨਾਈ ਜਾ ਰਹੀ, ਪਤਾ ਲੱਗਦਾ ਜੇ ਵਰਲਡ ਕਲਾਸ ਸਿਟੀ ਬਣਾਈ ਹੁੰਦੀ, ਪਤਾ ਲੱਗਦਾ ਜੇ ਕੋਈ ਵਰਲਡ ਕਲਾਸ ਇੱਕ ਮੈਮਰੀ ਉਹਨਾਂ ਦੀ ਯਾਦਗਾਰ ਨੂੰ ਹੀ ਉਹਨੂੰ ਇੱਕ ਅੰਤਰਰਾਸ਼ਟਰੀ ਪੱਧਰ ਦੀ ਬਣਾ ਦਿੰਦੇ, ਤਦ ਵੀ ਪਤਾ ਲੱਗ ਜਾਂਦਾ। ਸੋ ਇਹ ਜਿਹੜਾ ਅਣਗੌਲਿਆ ਕੀਤਾ, ਮੈਂ ਇਹਦੀ ਨਿੰਦਿਆ ਕਰਦਾ ਹਾਂ ਔਰ ਇਹ ਲੋਕਾਂ ਦੇ ਸਾਹਮਣੇ ਰੱਖਦਾ ਕਿ ਇਹ ਇਹਨਾਂ ਦੀਆਂ ਸ਼ਹੀਦਾਂ ਪ੍ਰਤੀ ਜਿਹੜੀ ਸੰਵੇਦਨਸ਼ੀਲਤਾ ਇਹਨਾਂ ਦੇ ਦਿਲ ਦੇ ਵਿੱਚ ਆ ਉਹ ਆ ਆ, ਜਦਕਿ ਬੇਸਿਕਲੀ ਇਹ ਫਿਰਕਾਪ੍ਰਸਤ ਲੋਕ ਨੇ, ਫਿਰਕਾਪ੍ਰਸਤ ਤਾਕਤਾਂ ਨੇ, ਸਾਡਾ ਜਿਹੜਾ ਦੇਸ਼ ਆ ਇਹ ਸੈਕੂਲਰ ਜਿਹੜਾ ਸੰਵਿਧਾਨ ਆ ਉਹਦੇ ਮੁਤਾਬਕ ਜਿਹੜਾ ਅੱਗੇ ਵਧਣਾ ਚਾਹੀਦਾ, ਨਾ ਕਿ ਇੱਕ ਫਿਰਕਾਪ੍ਰਸਤੀ ਕਰਕੇ। ਔਰ ਇਹ ਜਿਹੜੀ RSS ਆ ਇਹ ਨਾ ਤਾਂ ਕਦੀ ਇਹਦਾ ਕੋਈ ਯੋਗਦਾਨ ਹੈ ਆਜ਼ਾਦੀ ਦੇ ਵਿੱਚ, ਨਾ ਇਹ ਸ਼ਹੀਦਾਂ ਨੂੰ, ਈਵਨ ਕਿ ਇਹ ਮਹਾਤਮਾ ਗਾਂਧੀ ਤੱਕ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਵੀ ਮਜ਼ਾਕ ਉਡਾਉਂਦੇ ਨੇ, ਇਹ ਉਹਨਾਂ ਦੀ ਹੀ ਸਾਰੇ ਪਾਏ ਚੰਨਾਂ 'ਤੇ ਚੱਲਦੇ, ਨਹੀਂ ਤਾਂ ਇਹ ਜੇ ਕੋਈ ਹੋਰ ਕਿਸੇ ਇਹੋ ਜਿਹੇ RSS ਦਾ ਕੋਈ ਜਗ੍ਹਾ ਕੋਈ ਸ਼ਹੀਦ ਹੋਇਆ ਹੁੰਦਾ ਤਾਂ ਹੁਣ ਨੂੰ ਇਹਨਾਂ ਨੇ ਬੜੇ ਵੱਡੇ ਉੱਥੇ ਯਾਦਗਾਰੀ ਬਣਾ ਦੇਣੀਆਂ ਸੀ, ਇਹ ਬਿਲਕੁਲ ਅਣਗੌਲਿਆ ਕੀਤਾ ਗਿਆ। ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਾਲ ਪਹਿਲੇ ਇੱਕ ਚਿੱਠੀ ਵੀ ਲਿਖੀ ਸੀ, 100 ਕਰੋੜ ਦੀ ਡਿਮਾਂਡ ਵੀ ਕੀਤੀ ਸੀ, ਉਹ ਵੀ ਅਣਗੌਲੀ ਕੀਤੀ? ਬਿਲਕੁਲ, ਦੇਖੋ ਅਣਗੌਲਿਆ ਜਿੰਨਾ ਚਿਰ ਕੰਮ ਸ਼ੁਰੂ ਨਹੀਂ ਹੁੰਦਾ, ਮੇਰਾ ਮਕਸਦ ਸੀ ਅੱਜ ਲੋਕਾਂ ਨੇ ਇੱਥੇ ਆਉਣਾ ਹੈ, 100 ਸਾਲ ਮਨਾਉਣ ਆਉਣਾ ਹੈ ਅਤੇ ਵੇਖਣਾ ਕੀ ਆ, ਉਹੀ ਕੁਛ ਇਹ ਸੁੱਤੇ ਸੀ। ਉਹਨਾਂ ਦੇ ਰਾਜ ਸਭਾ MP ਦਾਅਵੇ ਕਰ ਰਹੇ ਨੇ ਜੀ 19 ਕਰੋੜ ਰੁਪਏ ਦੀ ਅਸੀਂ ਗ੍ਰਾਂਟ ਦੇ ਦਿੱਤੀ ਹੈ ਜੀ। ਮੈਂ MP ਸਾਹਿਬ ਨੂੰ ਪੁੱਛਦਾ ਵੀ ਕੀ ਜਿਹੜੇ ਇੱਥੇ ਕੋਈ ਕਰੀਬ 1500 ਦੇ ਕਰੀਬ ਸ਼ਹੀਦ ਹੋਏ ਆ, 1500 ਤੋਂ ਵੱਧ ਜਿਹੜੇ 3000-4000 ਬੰਦਾ ਇੱਥੇ ਜ਼ਖਮੀ ਹੋਇਆ ਸੀ, ਮੈਂ MP ਸਾਹਿਬ ਨੂੰ ਇਹੀ ਪੁੱਛਦਾ ਹਾਂ ਵੀ ਕੀ ਇਹ 19 ਕਰੋੜ ਰੁਪਈਆ ਇੱਕ ਮਤਲਬ ਇੱਕ ਸੈਫੀਸ਼ੈਂਟ ਅਮਾਊਂਟ ਹੈਗੀ ਆ ਜਾਂ ਵੇਖੋ ਜਲਿਆਂਵਾਲਾ ਬਾਗ ਜਿੰਨੀ ਦੇਰ ਤੁਹਾਡੀ ਕਮੇਟੀ ਰਹੀ ਹੈ, ਜਲਿਆਂਵਾਲਾ ਬਾਗ ਦੀ ਜਿਹੜੀ ਕਮੇਟੀ, ਪਹਿਲੇ ਕਾਂਗਰਸੀ ਰਿਹਾ ਸੀ, ਕਾਂਗਰਸੀਆਂ ਨੇ ਕੁਛ ਨਹੀਂ ਕੀਤਾ? ਦੇਖੋ ਇਹਨਾਂ ਜਦੋਂ ਸਰਕਾਰ ਇਹਨਾਂ ਦੀ ਆ, ਕੇਂਦਰ 'ਚ ਸਰਕਾਰ ਇਹਨਾਂ ਦੀ, ਕਮੇਟੀ ਕੇਂਦਰ ਦੇ ਅਧੀਨ ਆ, ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ? ਪ੍ਰਧਾਨ ਮੰਤਰੀ ਉਹਦਾ ਮੈਂਬਰ ਆ, ਇਹਨਾਂ ਨੂੰ ਨਹੀਂ ਪਤਾ? ਸੋ ਇਹ ਕਮੇਟੀ ਇਹ ਜੁਮਲੇਬਾਜ਼ੀਆਂ ਨੇ, ਇਹ ਝੂਠ ਮਾਰਦੇ ਆ। ਦੇਖੋ ਜਿਹਨੇ ਕੰਮ ਕਰਨਾ ਹੁੰਦਾ, ਸ਼ਹੀਦਾਂ ਨੂੰ ਯਾਦ ਰੱਖਣਾ ਹੁੰਦਾ, ਸਭ ਕੁਝ ਚੇਂਜ ਕਰਨੇ, ਹੁਣ ਵੀ ਕਮੇਟੀ ਚੇਂਜ ਕੀਤੀ ਆ, ਪਹਿਲਾਂ ਕਰ ਲੈਂਦੇ, ਕਿਸੇ ਨੇ ਰੋਕਿਆ ਇਹਨਾਂ ਨੂੰ, ਕਿਸੇ ਨੇ ਸਾਈਨ ਨਹੀਂ ਕੀਤੇ ਜਾਂ ਕਿਸੇ ਨੇ ਚਿੱਠੀ ਪਾਇਆ, ਆਇਆ ਨਹੀਂ ਗਾ। ਮਸਲਾ ਇਹ ਨਹੀਂ ਗਾ, ਇਹ ਵਰਲਡ ਵਾਈਡ ਯਾਦਗਾਰ ਜਿਹੜੀ ਰਨਾਉਂਡ ਹੈ, ਜਾਣਦੇ ਲੋਕ ਇਹਨੂੰ ਵਰਲਡ ਵਾਈਡ ਜਾਣਦੇ ਆ ਕਿ ਜਲਿਆਂਵਾਲੇ ਬਾਗ 'ਚ ਆ ਜਿਹੜਾ ਬਹੁਤ ਵੱਡਾ ਇੱਕ ਘਾਣ ਹੋਇਆ ਸੀ ਮਨੁੱਖਤਾ ਦਾ, ਔਰ ਉਹਦੇ ਲਈ ਮਾਫੀ ਵੀ ਮੰਗੀ ਗਈ ਹੈ UK ਦੇ ਵਿੱਚ, ਵੀ ਇਹ ਗਲਤੀ ਹੋਈ ਆ। ਮੇਰੀ ਡਿਮਾਂਡ ਇਹ ਆ ਵੀ ਮੈਂ ਲੋਕਾਂ ਨੂੰ ਕਹੂੰਗਾ, ਸੁਚੇਤ ਹੋ ਜਾਓ ਇਹਨਾਂ ਤਾਕਤਾਂ ਤੋਂ, ਇਹਨਾਂ ਨੇ ਮਜ਼ਾਕ ਉਡਾਇਆ ਵਾ 100 ਸਾਲਾਂ, ਬਹੁਤ ਵੱਡੀ ਗੱਲ ਹੈ, ਸਾਲ ਬਾਅਦ ਅਸੀਂ ਯਾਦ ਰੱਖਦੇ, ਉਹ ਇੱਕ ਵੱਖਰੀ ਚੀਜ਼ ਆ, ਇਹਨਾਂ ਨੇ ਸ਼ਹੀਦਾਂ ਦਾ ਮਜ਼ਾਕ ਉਡਾਇਆ ਵਾ, ਨਹੀਂ ਤਾਂ ਅੱਜ ਅੰਮ੍ਰਿਤਸਰ ਇੱਕ ਅੰਤਰਰਾਸ਼ਟਰੀ ਪੱਧਰ ਦਾ ਸ਼ਹਿਰ ਬਣਿਆ ਹੁੰਦਾ। ਅੰਮ੍ਰਿਤਸਰ ਨਹੀਂ ਬਣਾਉਣਾ, ਸਟੇਸ਼ਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾ ਦਿੰਦੇ।